ਨਮਸਕਾਰ ਪ੍ਰੋਗਰਾਮ ਤਾਰੇ ਆਖਦੇ ਨੇ ਵੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਦਕਸ਼ਿਣਾਵਰਤੀ ਸ਼ੰਖ ਦੇ ਬਾਰੇ। ਪੁਰਾਣੀ ਕਥਾ ਦੇ ਮੁਤਾਬਿਕ ਸਮੁੰਦਰ ਮੰਥਨ ਦੇ ਸਮੇਂ ਸਮੁੰਦਰ ਤੋਂ ਨਿਕਲੇ 14 ਰਤਨਾਂ ਦੇ ਵਿੱਚੋਂ ਜਿਹੜਾ ਹੈ ਦਕਸ਼ਿਣਾਵਰਤੀ ਸ਼ੰਖ ਨੂੰ ਵੀ ਇੱਕ ਰਤਨ ਦੱਸਿਆ ਗਿਆ ਹੈ। ਸੋ ਸ਼ੰਖ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਤਾਂ ਪੂਜਾ ਪਾਠ ਦੇ ਵਿੱਚ ਉਪਯੋਗ ਕੀਤਾ ਜਾਂਦਾ, ਦੂਸਰਾ ਹੈ ਦਕਸ਼ਿਣਾਵਰਤੀ ਸ਼ੰਖ ਜਿਹਨੂੰ ਭਗਵਾਨ ਵਿਸ਼ਨੂੰ ਜੀ ਨੇ ਆਪ ਆਪਣੇ ਸੱਜੇ ਹੱਥ ਦੇ ਵਿੱਚ ਧਾਰਨ ਕੀਤਾ ਹੋਇਆ। ਇਹ ਸ਼ੰਖ ਲਕਸ਼ਮੀ ਜੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹਦੇ ਵਿੱਚ ਪਾਣੀ ਭਰ ਕੇ ਸੂਰਜ ਆਦਿ ਦੇਵਤਾਵਾਂ ਨੂੰ ਅਰਧ ਦਿੱਤਾ ਜਾਂਦਾ ਹੈ। ਜੇ ਸੂਰਜ ਗ੍ਰਹਿ ਕਮਜ਼ੋਰ ਹੋਵੇ ਜਾਂ ਵਿਅਕਤੀ ਦਾ ਜਨਮ ਜਿਹੜਾ ਹੈ ਰਾਤ ਦਾ ਹੋਵੇ ਤਾਂ ਦਕਸ਼ਿਣਾਵਰਤੀ ਸ਼ੰਖ ਦਾ ਪਾਣੀ ਪੀਣ ਨਾਲ ਹੀ ਵਿਅਕਤੀ ਨੂੰ ਮਾਨਸਿਕ ਸ਼ਾਂਤੀ, ਸਰੀਰਕ ਸੁੱਖ, ਪਰਿਵਾਰਿਕ ਕਸ਼ਟਾਂ ਤੋਂ ਛੁਟਕਾਰਾ ਮਿਲਦਾ। ਜਿੰਨੀਆਂ ਵੀ ਪ੍ਰੋਬਲਮਸ ਹੈ ਉਹ ਦੂਰ ਹੁੰਦੀਆਂ, ਸੋ ਉਹਦੀ ਗਰੀਬੀ, ਅੱਖਾਂ ਦੇ ਵਿਕਾਰ ਉਹ ਦੂਰ ਹੁੰਦੇ ਆ। ਸੋ ਲਕਸ਼ਮੀ ਜੀ ਦਾ ਪ੍ਰਤੀਕ ਦਕਸ਼ਿਣਾਵਰਤੀ ਸ਼ੰਖ ਦੀ ਜਿਸ ਘਰ ਦੇ ਵਿੱਚ ਵੀ ਪੂਜਾ ਸਥਲ 'ਤੇ ਰੱਖ ਕੇ ਰੋਜ਼ ਪੂਜਾ ਕੀਤੀ ਜਾਂਦੀ ਹੈ ਉੱਥੇ ਮਾਂ ਲਕਸ਼ਮੀ ਜੀ ਦਾ ਵਾਸ ਹੁੰਦਾ ਹੈ। ਸੋ ਇਹਦੇ ਨਾਲ ਬਹੁਤ ਜਲਦੀ ਫਲ ਪ੍ਰਾਪਤ ਕਰਨ ਦੇ ਲਈ ਇਹਦੇ ਸਾਹਮਣੇ ਜਿਹੜਾ ਜਿਸ ਮੰਤਰ ਦਾ ਜਪ ਕੀਤਾ ਜਾਂਦਾ ਉਹ ਮੰਤਰ ਹੈ ਓਮ ਹਰੀ ਸ਼੍ਰੀ ਕਲੀ ਬਲੂ ਸੂ ਦਕਸ਼ਿਣਾਵਰਤਿਆ ਸ਼ੰਖਾਏ ਨਮਾਮ। ਹੁਣ ਕੁਛ ਇੰਪੋਰਟੈਂਟ ਚੀਜ਼ਾਂ ਦੱਸਣ ਜਾ ਰਹੇ ਹਾਂ ਜੇ ਸਿਹਤ ਅੱਛੀ ਚਾਹੁੰਦੇ ਹੋ। ਤੁਲਸੀ ਦਾ ਪੱਤਾ ਅਤੇ ਪਾਨ ਦਾ ਪੱਤਾ ਦੋਨਾਂ ਦਾ ਰਸ ਕੱਢ ਕੇ ਬਰਾਬਰ ਮਾਤਰਾ ਦੇ ਵਿੱਚ ਮਿਲਾ ਕੇ ਬੱਚਿਆਂ ਨੂੰ ਜਿਨ੍ਹਾਂ ਨੂੰ ਪੇਟ ਦੇ ਫੁੱਲਣ ਦੀ ਸ਼ਿਕਾਇਤ ਹੁੰਦੀ ਹੈ ਉਹਨਾਂ ਨੂੰ 10 ਤੋਂ 12 ਬੂੰਦਾਂ ਦਿਨ ਦੇ ਵਿੱਚ 3-4 ਵਾਰੀ ਦੇਣ ਨਾਲ ਠੀਕ ਹੋ ਜਾਂਦੇ ਹੈ। ਫਿਰ ਤੁਲਸੀ ਦੇ 7 ਪੱਤੇ, ਫਿਰ ਨਗਰ ਬੇਲ ਦਾ 1 ਪੱਤਾ ਅਤੇ ਕਾਲੀ ਮਿਰਚ ਦੇ 3 ਦਾਣੇ ਰੋਜ਼ ਜੇ ਚਬਾਉਂਦੇ ਹੋ ਅਤੇ ਇਹਦਾ ਪ੍ਰਯੋਗ ਤੁਸੀਂ ਜਿਹੜਾ 8-10 ਦਿਨ ਤੱਕ ਕਰਦੇ ਹੋ ਤਾਂ ਵਾਰ ਵਾਰ ਹੋਣ ਵਾਲੇ ਟੌਨਸਿਲਸ, ਖਾਂਸੀ ਅਤੇ ਸਰਦੀ ਦੇ ਵਿੱਚ ਲਾਭ ਹੁੰਦਾ ਹੈ। ਸੋ ਇਹ ਕਿਹਾ ਜਾਂਦਾ ਹੈ ਕਿ ਤੁਲਸੀ ਸਰੀਰ ਅਤੇ ਵਾਤਾਵਰਨ ਨੂੰ ਦੋਨਾਂ ਨੂੰ ਹੀ ਸਾਫ਼ ਰੱਖਦੀ ਹੈ। ਘਰ ਘਰ ਦਾ ਡਾਕਟਰ ਹੈ ਤੁਲਸੀ, ਇਸ ਲਈ ਹਰ ਘਰ ਦੇ ਵਿੱਚ ਤੁਲਸੀ ਜ਼ਰੂਰ ਲਗਾਓ, ਸਵਸਥ ਰਹੋ ਅਤੇ ਆਪਣੇ ਪਰਿਆਵਰਨ ਨੂੰ ਬਚਾਓ। ਸ਼ਾਦੀ ਦੇ ਟਾਈਮ ਜਦੋਂ ਆਪਾਂ ਗ੍ਰਹਿਆਂ ਨੂੰ ਮਿਲਾਉਂਦੇ ਹਾਂ ਤਾਂ ਗ੍ਰਹਿ ਮੈਤਰੀ ਜਿਹੜਾ ਬਹੁਤ ਇੰਪੋਰਟੈਂਟ ਹੁੰਦਾ ਹੈ। ਗ੍ਰਹਿਆਂ ਦੇ ਵਿੱਚ ਵੀ ਆਪਸ ਦੇ ਵਿੱਚ ਦੋਸਤੀ ਹੁੰਦੀ ਹੈ, ਆਪਸ ਦੇ ਵਿੱਚ ਦੁਸ਼ਮਣੀ ਵੀ ਹੁੰਦੀ ਹੈ। ਸੋ ਇਸ ਤਰੀਕੇ ਦੇ ਨਾਲ ਹੀ ਇੱਕ ਲਾੜਾ ਅਤੇ ਇੱਕ ਜਿਹੜੀ ਲਾੜੀ ਯਾਨੀ ਕਿ ਵਰ ਅਤੇ ਵਧੂ ਇਹਨਾਂ ਦੀਆਂ ਰਾਸ਼ੀਆਂ ਦੇ ਵਿੱਚ ਵੀ ਜੇ ਮਿੱਤਰਤਾ ਹੋਵੇ ਤਾਂ ਵਿਵਾਹਿਕ ਜੀਵਨ ਬਹੁਤ ਵਧੀਆ ਬਤੀਤ ਹੁੰਦਾ। ਜੇ ਗ੍ਰਹਿਾਂ ਦੀ ਸ਼ਤਰੁਤਾ ਹੁੰਦੀ ਹੈ ਤਾਂ ਪਤੀ ਪਤਨੀ ਉਹਨਾਂ ਦੇ ਵਿੱਚ ਹਮੇਸ਼ਾ ਹੀ ਲੜਾਈ ਹੁੰਦੀ ਰਹਿੰਦੀ ਹੈ, ਕਦੀ ਵੀ ਉਹਨਾਂ ਦੇ ਵਿਚਾਰਿਕ ਸੰਬੰਧ ਨਹੀਂ ਮਿਲਦੇ ਅਤੇ ਵਿਵਾਹਿਕ ਜੀਵਨ ਨਰਕ ਦੇ ਸਮਾਨ ਹੁੰਦਾ, ਤਲਾਕ ਵਾਲੀਆਂ ਸਥਿਤੀਆਂ ਬਣ ਜਾਂਦੀਆਂ। ਸੋ ਬਹੁਤ ਸਾਰੇ ਲੋਕ ਕਹਿੰਦੇ ਆ ਧਨ ਦੇ ਲਈ ਜਿਹਨਾਂ ਨੂੰ ਮੰਤਰ ਚਾਹੀਦਾ ਹੈ। ਪਿਆਰੇ ਦਰਸ਼ਕੋ, ਧਨ ਵਰਿਧੀ ਦੇ ਲਈ ਮਹੱਤਵਪੂਰਨ ਲਕਸ਼ਮੀ ਮੰਤਰ ਦੱਸਣ ਜਾ ਰਹੇ ਹਾਂ, ਨੋਟ ਕਰ ਲਓ। ਸੋ ਜਿਹੜੇ ਵੀ ਲੋਕ ਚਾਹੁੰਦੇ ਆ ਕਿ ਧਨ ਦਾ ਵਾਧਾ ਹੋਵੇ, ਨੌਕਰੀ ਦੀ ਪ੍ਰਾਪਤੀ ਹੋਵੇ, ਪਦਵੀ ਪ੍ਰਤਿਸ਼ਠਾ ਉਹਦੇ ਵਿੱਚ ਵਾਧਾ ਹੋਵੇ, ਵਪਾਰ ਦੇ ਵਿੱਚ ਤੇਜ਼ੀ ਆਏ, ਸੋ ਐਸੀ ਹਾਲਤ ਦੇ ਵਿੱਚ ਜਿਹੜਾ ਮੰਤਰ ਦੱਸਣ ਜਾ ਰਹੇ ਹਾਂ ਉਹਦੀ ਇੱਕ ਮਾਲਾ ਰੋਜ਼ ਸਫਟਿਕ ਦੀ ਸਿੱਧ ਮਾਲਾ ਨਾਲ ਜ਼ਰੂਰ ਜਾਪ ਕਰੋ। ਪਹਿਲਾ ਮੰਤਰ ਹੈ ਓਮ ਸ਼੍ਰੀ ਨਮਾ, ਦੂਸਰਾ ਹੈ ਓਮ ਹਰੀ ਨਮਾ, ਤੀਜਾ ਹੈ ਓਮ ਹਰੀ ਕਲੀ ਸ਼੍ਰੀ ਨਮਾ, ਚੌਥਾ ਹੈ ਓਮ ਸ਼੍ਰੀ ਹਰੀ ਨਮਾ, ਫਿਰ ਪੰਜਵਾਂ ਹੈ ਓਮ ਸ਼੍ਰੀ ਮਹਾਲਕਸ਼ਮੀ ਨਮਾ, ਫਿਰ ਹੈ ਓਮ ਹਰੀ ਸ਼੍ਰੀ ਮਹਾਲਕਸ਼ਮੀ ਨਮਾ, ਫਿਰ ਹੈ ਓਮ ਨਮਾ ਧਨ ਦਾਏ ਸੁਹਾ, ਫਿਰ ਹੈ ਓਮ ਲਕਸ਼ਮੀ ਵਿੰਗ ਗ ਸ਼੍ਰੀ ਕਮਲਾ ਧਾਰਣੀ ਸੁਹਾ, ਫਿਰ ਹੈ ਓਮ ਹਰੀ ਕਲੀ ਮਹਾਲਕਸ਼ਮੀ ਨਮਾ। ਸੋ ਇਹਨਾਂ ਦਾ ਜਾਪ ਕਰਕੇ ਤੁਸੀਂ ਜ਼ਿੰਦਗੀ ਨੂੰ ਵਧੀਆ ਬਣਾ ਸਕਦੇ ਹੋ। ਇਸ ਤੋਂ ਪਹਿਲਾਂ ਕਿ ਤੁਹਾਨੂੰ ਅੱਜ ਦਾ ਐਪੀਸੋਡ ਦਾ ਰਾਸ਼ੀਫਲ ਦੱਸੀਏ, ਤੁਹਾਨੂੰ ਇਹ ਕਹਿਣਾ ਚਾਹਾਂਗੇ ਕਿ ਜੇ ਸਾਡਾ ਅੱਜ ਦਾ ਪ੍ਰੋਗਰਾਮ ਵਧੀਆ ਲੱਗਿਆ ਤਾਂ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ, ਅਤੇ ਨਾਲ ਹੀ ਨਾਲ ਸਾਡੇ ਦੋਨੋਂ ਚੈਨਲਸ ਐਸਟ੍ਰੋਲੋਜਰ ਸੁਖਮਿੰਦਰ ਲੁਧਿਆਣਾ ਇੰਡੀਆ ਅਤੇ ਵੋਇਸ ਆਫ ਏਸ਼ੀਅਨਜ਼ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਕਿਉਂਕਿ ਇਹਨਾਂ ਚੈਨਲਸ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਸਾਡੇ ਲੇਟੈਸਟ ਅਪਡੇਟਸ ਜਿਹੜੇ ਹੈ ਉਹ ਦੇਖ ਸਕਦੇ ਹਾਂ, ਜਿਹੜੇ ਤੁਹਾਨੂੰ ਨਿਸ਼ਚਿਤ ਰੂਪ ਦੇ ਵਿੱਚ ਵਧੀਆ ਲੱਗਣਗੇ ਹੀ ਲੱਗਣਗੇ। ਸੋ ਪਿਆਰੇ ਦਰਸ਼ਕੋ, ਤੁਸੀਂ ਸੇਮ ਨਾਮ ਤੋਂ ਸਾਡੇ ਫੇਸਬੁੱਕ ਪੇਜਸ ਨੂੰ ਵੀ ਲਾਈਕ ਕਰ ਸਕਦੇ ਹੋ, ਅਤੇ ਨਾਲ ਹੀ ਨਾਲ ਤੁਸੀਂ ਜਿਹੜਾ ਹੈ ਸਾਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ, ਵਟਸਐਪ 'ਤੇ ਐਡ ਕਰਨ ਦੇ ਲਈ ਆਪਣਾ ਨਾਮ, ਸਿਟੀ ਨੇਮ, ਕੰਟਰੀ ਨੇਮ ਸਾਨੂੰ ਭੇਜ ਸਕਦੇ ਹੋ। ਹੁਣ ਅੱਜ ਦਾ ਰਾਸ਼ੀਫਲ, ਮੇਸ਼ ਰਾਸ਼ੀ ਵਾਲੇ ਜਾਤਕਾਂ ਨੂੰ ਨੌਕਰੀ ਦੇ ਵਿੱਚ ਤਰੱਕੀ ਦੇ ਯੋਗ ਮਿਲ ਸਕਦੇ, ਜਦਕਿ ਵਰਿਸ਼ਠ ਰਾਸ਼ੀ ਵਾਲੇ ਅਦਾਲਤ ਦੇ ਵਿੱਚ ਹਾਵੀ ਪ੍ਰਭਾਵੀ ਰਹਿ ਸਕਦੇ ਆ। ਮਿਥੁਨ ਰਾਸ਼ੀ ਵਾਲੇ ਦੂਰ ਦੁਰਾਡੇ ਤੋਂ ਚੰਗੇ ਸੁੱਖ ਸੁਨੇਹੇ ਆ ਸਕਦੇ, ਜਦਕਿ ਕਰਕ ਰਾਸ਼ੀ ਵਾਲੇ ਨਾਮ ਮਾਨ ਸਨਮਾਨ ਖਰਾਬ ਹੋ ਸਕਦਾ ਹੈ। ਸਿੰਘ ਰਾਸ਼ੀ ਵਾਲਿਆਂ ਦੇ ਲਈ ਅੱਜ ਬਹੁਤ ਭੱਜ ਦੌੜ ਭਰਿਆ ਸਮਾਂ ਬਣ ਸਕਦਾ ਹੈ। ਸੋ ਉਸ ਤੋਂ ਬਾਅਦ ਤੁਲਾ ਰਾਸ਼ੀ ਵਾਲੇ, ਅੱਜ ਦਾ ਦਿਨ ਜਿਹੜਾ ਹੈ ਤੁਹਾਡੇ ਲਈ ਥੋੜ੍ਹਾ ਜਿਹਾ ਬੌਸ ਨਾਲ ਲੜਾਈ ਹੋ ਸਕਦੀ ਹੈ, ਲੇਕਿਨ ਉਸ ਤੋਂ ਪਹਿਲਾਂ ਕੰਨਿਆ ਰਾਸ਼ੀ ਵਾਲਿਆਂ ਦਾ ਪਿਆਰ ਦੇ ਵਿੱਚ ਦਿਲ ਟੁੱਟ ਸਕਦਾ ਹੈ। ਵਰਿਸ਼ਚਿਕ ਰਾਸ਼ੀ ਵਾਲੇ ਪੋਲੀਟੀਕਲ ਲੋਕ ਤੁਹਾਨੂੰ ਮਿਸਯੂਜ ਕਰ ਸਕਦੇ ਹੈ, ਤੁਹਾਨੂੰ ਰਾਸ਼ੀ ਵਾਲੇ ਅੱਜ ਦਾ ਦਿਨ ਤੁਹਾਡੇ ਲਈ ਨੌਕਰੀ ਦੇ ਵਿੱਚ ਤਰੱਕੀ ਦੇ ਯੋਗ ਬਣ ਸਕਦੇ ਹੈ। ਮਕਰ ਰਾਸ਼ੀ ਵਾਲੇ ਸਟੱਡੀਜ਼ ਦੇ ਵਿੱਚ ਸਟੂਡੈਂਟਸ ਅੱਜ ਅੱਛੀ ਮੱਲਾਂ ਮਾਰ ਸਕਦੇ ਹੈ। ਸੋ ਕੁੰਭ ਰਾਸ਼ੀ ਵਾਲੇ, ਥੋੜ੍ਹਾ ਜਿਹਾ ਵਪਾਰ ਢਿੱਲਾ ਹੋ ਸਕਦਾ, ਅਤੇ ਮੀਨ ਰਾਸ਼ੀ ਵਾਲੇ ਖੱਬੀ ਬਾਂਹ ਦੇ ਵਿੱਚ ਦਰਦ ਅੱਜ ਸਤਾ ਸਕਦਾ ਹੈ।
ਸੋ ਬਹੁਤ ਸਾਰੇ ਦਰਸ਼ਕ ਪੁੱਛਦੇ ਆ ਕਿ ਸੁਖਮਿੰਦਰ ਜੀ ਅਸੀਂ ਵੀ ਆ ਕੇ ਮਿਲਣਾ ਚਾਹੁੰਦੇ ਹਾਂ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਰਤਨ ਅਤੇ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਦਾ ਵਿਜ਼ਿਟ ਕਰਾਉਣਾ ਚਾਹੁੰਦੇ ਹਾਂ ਜਾਂ ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਹਾਂ, ਪਿਆਰੇ ਦਰਸ਼ਕੋ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਟਾਈਮ ਲੈ ਸਕਦੇ ਹੋ, ਫਿਰ ਆ ਕੇ ਪੁੱਛ ਸਕਦੇ ਹੋ ਜਾਂ ਟੈਲੀਫੋਨਿਕ ਅਪੋਇੰਟਮੈਂਟ ਵੀ ਲੈ ਸਕਦੇ ਹੋ। ਸਾਡਾ ਪਤਾ ਨੋਟ ਕਰ ਲਓ, ਐਸਟ੍ਰੋਲੋਜਰ ਸੁਖਮਿੰਦਰ, 30G ਸਰਾਭਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਫੋਨ ਨੰਬਰ 9417020533 ਅਤੇ ਵਟਸਐਪ ਨੰਬਰ 9872620533। ਜਾਣ ਤੋਂ ਪਹਿਲਾਂ ਇਹੀ ਕਹਾਂਗੇ, ਸਭ ਤੋਂ ਵੱਡਾ ਦਰਜਾ ਮਾਂ ਦਾ, ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਛੂ ਕੇ ਜਾਇਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਇਓ, ਗੁਰੂ ਜਨਾਂ ਦੇ ਦੱਸੇ ਰਸਤੇ 'ਤੇ ਚੱਲਿਓ, ਝੂਠ ਨਾ ਬੋਲਿਓ, ਗਾਲਾਂ ਨਾ ਕੱਢਿਓ, ਕਿਸੇ ਦਾ ਵੀ ਮਾੜਾ ਨਾ ਕਰਿਓ, ਤਕਦੀਰ ਬਹੁਤ ਵਧੀਆ ਹੋ ਜੂਗੀ, ਧੀਆਂ ਨੂੰ ਕੁੱਖਾਂ 'ਚ ਨਾ ਮਾਰੀਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਇਓ, ਨਸ਼ਿਆਂ ਦਾ ਪਰਹੇਜ਼ ਕਰਿਓ ਅਤੇ 10 ਵੰਦ ਕੱਟ ਕੇ ਨੇਕ ਕੰਮਾਂ 'ਚ ਖਰਚ ਕਰਦੇ ਰਹੀਓ, ਤੁਹਾਡੀ ਆਉਣ ਵਾਲੀ ਜ਼ਿੰਦਗੀ ਬਹੁਤ ਵਧੀਆ ਹੋਊਗੀ। ਕੱਲ੍ਹ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ, ਨਾਲ ਹੀ ਅਸੀਂ ਦੱਸਦੀ ਹੈ ਕਿ ਵਾਇਸ ਆਫ ਏਸ਼ੀਅਨ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਜੇ ਤੁਸੀਂ ਸਾਡੇ ਸੋਸ਼ਲ ਵੈਲਫੇਅਰ ਫੰਕਸ਼ਨ 'ਚ ਸ਼ਾਮਲ ਹੋਣਾ ਚਾਹੁੰਦੇ ਹਾਂ ਤਾਂ ਫੇਸਬੁੱਕ 'ਤੇ ਸਾਡਾ ਗਰੁੱਪ ਹੈ ਏਸ਼ੀਅਨ ਕਲੱਬ ਇੰਟਰਨੈਸ਼ਨਲ, ਉਹ ਤੁਸੀਂ ਜੁਆਇਨ ਕਰ ਸਕਦੇ ਹੋ, ਕੋਈ ਫੀਸ ਨਹੀਂ ਹੈ। ਕੱਲ੍ਹ ਫਿਰ ਮਿਲਾਂਗੇ, ਨਮਸਕਾਰ।